ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਗੌੜੀ ਮਹੱਲਾ ਪਹਿਲਾ, ਗੌੜੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਨੇ। ਪ੍ਰਥਮੇ ਬ੍ਰਹਮਾ ਕਾਲੈ ਕਰ ਆਇਆ, ਬ੍ਰਹਮ ਕਮਲ ਪਏ ਆਲ ਨਾ ਪਾਇਆ। ਸਾਰਿਆਂ ਜੀਵਾਂ ਤੋਂ ਪ੍ਰਥਮੇ ਹੁੰਦਾ ਪਹਿਲਾਂ ਜੀਵ, ਜੋ ਪਹਿਲਾ ਜੀਵ ਸੀ ਜੋ ਬ੍ਰਹਮਾ ਹੈ। ਇਹ ਬ੍ਰਹਮਾ ਇੱਕ ਜੀਵ ਹੈ, ਉਹ ਵੀ ਕਾਲ ਦੇ ਘਰ ਵਿੱਚ ਆਇਆ, ਭਾਵ ਮੌਤ ਦਾ ਸ਼ਿਕਾਰ ਹੋਇਆ। ਜਿਸ ਬ੍ਰਹਮ ਤੋਂ ਭਾਵ ਵਿਸ਼ਨੂੰ ਦੀ ਨਾਭੀ ਜਿਹੜੀ ਹੁੰਦੀ, ਕੌਲ ਦਾ ਪਿਆਲ ਜਿਹੜਾ ਸੀ ਬ੍ਰਹਮਾ ਨੇ, ਇਹਦਾ ਅੰਤ ਨਹੀਂ ਪਾਇਆ, ਕਿਉਂਕਿ ਬ੍ਰਹਮਾ ਕਮਲ ਫੁੱਲ ਵਿੱਚੋਂ ਪੈਦਾ ਹੋਇਆ। ਕਿਉਂਕਿ ਬ੍ਰਹਮਾ ਨੂੰ ਹੰਕਾਰ ਹੋ ਗਿਆ ਸੀ ਕਿ ਮੈਂ ਖੁਦ ਬਾ ਖੁਦ ਹੀ, ਮੇਰਾ ਕਰਤਾ ਕੋਈ ਨਹੀਂ ਹੈ। ਤਾਂ ਭਗਵਾਨ ਪਰਮੇਸ਼ਰ ਨੇ ਆਕਾਸ਼ ਬਾਣੀ ਦੁਆਰਾ ਕਿਹਾ, ਇਹ ਬ੍ਰਹਮਾ ਤੇਰਾ ਕਰਤਾ ਇਹ ਕੌਲ ਫੁੱਲ ਹੈ। ਬ੍ਰਹਮਾ ਨੇ ਕਿਹਾ, ਮੇਰਾ ਕਰਤਾ ਇਹ ਨਿੱਕਾ ਜਿਹਾ ਕੌਲ ਫੁੱਲ ਨਹੀਂ ਹੋ ਸਕਦਾ। ਇਹ ਗੱਲ ਕਹਿ ਕੇ ਜਾਂ ਬ੍ਰਹਮਾ ਨੇ ਉਹ ਕੌਲ ਨੂੰ ਲੱਤ ਮਾਰੀ ਤਾਂ ਪਰਮੇਸ਼ਰ ਨੇ ਉਹਨੂੰ ਨਾਭੀ ਕੌਲ ਦੇ ਵਿੱਚ ਸੁੱਟ ਦਿੱਤਾ। 88,000 ਯੁੱਗ ਵਿੱਚ ਭੌਂਦਾ ਰਿਹਾ ਪਰ ਉਹਦਾ ਅੰਤ ਹੀ ਨਾ ਪਾਇਆ। ਅਥਵਾ ਇਹ ਵੀ ਕਹਿੰਦੇ ਕਿ 36,000 ਯੁੱਗ, 18,000 ਯੁੱਗ ਥੱਲੇ ਨੂੰ ਜਾਣ ਲੱਗ ਗਏ, 18,000 ਯੁੱਗ ਉੱਪਰ ਨੂੰ ਆਉਣ ਲੱਗ ਗਏ। ਸੋ ਇਸ ਤਰ੍ਹਾਂ ਭੰਮਦਾ ਹੀ ਰਿਹਾ, ਭੰਮਦਾ ਹੀ। ਇਹ ਇੱਕ ਸ਼ਬਦ ਹੈ। ਸੋ ਜਿਵੇਂ ਭਗਤ ਨਾਮਦੇਵ ਨੂੰ ਪੁੱਛਿਆ ਸੀਗਾ ਕਿ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ, ਪਹਿਲ ਪੁਰੀਏ ਪੁੰਡਰਕ ਬੰਨਾ ਤਾਚੇ ਹੰਸਾ ਸਗਲੇ ਜਨਾ। ਸੋ ਪਹਿਲ ਪੁਰੀਏ ਹੁੰਦਾ ਪਹਿਲਾਂ ਪੁਰੀਆਂ ਵਾਲਾ ਵਿਸ਼ਨੂੰ ਪ੍ਰਗਟ ਹੋਇਆ। ਪੁੰਡਰਕ ਬਨਾ, ਪੁੰਡਰਕ ਹੁੰਦਾ ਚਿੱਟੇ ਰੰਗ ਦਾ ਕਮਲ ਜਿਹੜਾ ਸੀ, ਪੁੰਡਰਕ ਬਨਾ, ਬਨਾ ਤੋਂ ਭਾਵ ਚਿੱਟੇ ਰੰਗ ਦਾ ਕਮਲ ਫੁੱਲ ਪੈਦਾ ਹੋਇਆ। ਤਾਚੇ ਹੰਸਾ, ਉਹਦੇ ਚੋਂ ਫਿਰ ਹੰਸ ਦੀ ਸਵਾਰੀ ਕਰਨ ਵਾਲਾ ਬ੍ਰਹਮਾ ਉਤਪੰਨ ਹੋਇਆ। ਫਿਰ ਸਗਲੇ ਜਨਾ, ਫਿਰ ਸਾਰੇ ਜਨ ਪੈਦਾ ਹੋਏ ਉਹਦੇ ਚੋਂ। ਪਹਿਲ ਪੁਰੀਏ ਪੁੰਡਰਕ ਬਨਾ ਤਾਚੇ ਹੰਸਾ ਸਗਲੇ ਜਨਾ। ਇਸ ਤਰ੍ਹਾਂ ਉਹ ਸਾਰਾ ਸ਼ਬਦ ਵੀ ਸ੍ਰਿਸ਼ਟੀ ਦੀ ਉਤਪਤੀ ਬਾਰੇ ਹੀ ਕਥਨ ਕੀਤਾ ਹੋਇਆ। ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚੇਤੋ, ਓਂਕਾਰ ਸੈਲ ਯੁਗ ਪਏ, ਓਂਕਾਰ ਵੇਦ ਨਿਰਮਏ। ਗੁਰਬਾਣੀ ਦੇ ਅੰਦਰ ਜੇ ਰੋਜ਼ ਪੜ੍ਹੀਏ ਤਾਂ ਕਾਫ਼ੀ ਕੁਛ ਹੈ, ਜੇ ਸਮਝੀਏ ਤਾਂ। ਪਰ ਗੁਰਬਾਣੀ ਅੰਦਰ ਸ਼ਬਦ ਦੀ ਵਿਚਾਰ ਨਾਲ ਹੀ ਗਿਆਨ ਹੁੰਦਾ। ਆਗਿਆ ਨਹੀਂ ਲੀਨੀ ਭਰਮ ਭੁਲਾਇਆ, ਭਗਵਾਨ ਜੀ ਦੀ ਆਗਿਆ ਨਾ ਮੰਨ ਲਿੱਤੀ ਤਾਂਹੀਓ ਭਰਮ ਵਿੱਚ ਪੈ ਕੇ ਭੁੱਲਿਆ। ਬ੍ਰਹਮਾ ਜਦੋਂ ਪ੍ਰਗਟ ਹੋਇਆ ਸੀ ਕਮਲ ਦੇ ਫੁੱਲ ਵਿੱਚੋਂ, ਉਦੋਂ ਆ ਦੁਨੀਆਂ ਦੇ ਉੱਤੇ ਜਿਵੇਂ ਧਰਤੀ ਤੇ ਹੁਣ ਬੈਠੇ, ਧਰਤੀ ਨਹੀਂ ਸੀ, ਕੇਵਲ ਪਾਣੀ ਹੀ ਪਾਣੀ ਸੀ ਚਾਰੇ ਪਾਸੇ। ਜਦੋਂ ਬ੍ਰਹਮਾ ਜੀ ਪ੍ਰਗਟ ਹੋਏ ਉਸ ਵਕਤ ਸ਼ਿਵ ਪੁਰਾਣ ਦੇ ਵਿੱਚ ਇਹ ਲਿਖਿਆ ਹੋਇਆ ਕਿ ਬ੍ਰਹਮਾ ਜੀ ਨੇ ਚਾਰੇ ਪਾਸੇ ਨਿਗਾਹ ਮਾਰੀ, ਕੋਈ ਨਾ ਦਿਖਿਆ। ਬਹੁਤ ਉੱਚੀ ਉੱਚੀ ਹੱਸ ਕੇ ਕਹਿੰਦੇ, ਮੈਂ ਹੀ ਪਰਮੇਸ਼ਰ ਹਾਂ। ਜਦੋਂ ਇੰਨੀ ਗੱਲ ਕਹੀ, ਸ਼ਿਵ ਜੀ ਸਾਹਮਣੇ ਖੜ ਗਏ ਆ ਕੇ, ਕਹਿੰਦੇ ਬੱਚਾ ਕੀ ਸੋਚ ਰਿਹਾ? ਉਹ ਕਹਿੰਦੇ ਬੱਚਾ ਕੌਣ ਵਾਲਾ, ਕਹਿਣ ਵਾਲਾ ਕੌਣ ਆ ਗਿਆ ਮੈਨੂੰ? ਤਾਂ ਉਸ ਵਕਤ ਜਦੋਂ ਕਿਹਾ ਕਿ ਮੈਨੂੰ ਬੱਚਾ ਕਿਹਾ, ਕਹਿੰਦੇ ਜੀ ਤੁਸੀਂ ਕੌਣ? ਕਹਿੰਦੇ ਮੈਂ ਤਾਂ ਸ਼ਿਵ ਜੀ ਹਾਂ। ਕਹਿੰਦੇ ਜੀ ਸ਼ਿਵ ਜੀ ਹੋ ਤੁਸੀਂ ਤਾਂ ਫਿਰ ਪਰਮੇਸ਼ਰ ਕੌਣ ਹੈ? ਕਹਿੰਦੇ ਉਹਨੂੰ ਤਾਂ ਮੈਂ ਲੱਭਦਾ ਫਿਰਦਾ, ਉਹ ਮੈਨੂੰ ਤਾਂ ਆਪ ਨਹੀਂ ਅੰਤ ਪਾਇਆ। ਕਹਿੰਦੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਦੁਨੀਆਂ ਤੇ? ਕਹਿੰਦੇ ਬੇਅੰਤੀ ਯੁੱਗ ਹੋ ਗਏ ਮੈਨੂੰ ਆਏ ਨੂੰ। ਕਹਿੰਦੇ ਮੈਨੂੰ ਹਾਲੇ ਤੱਕ ਤਾਂ ਵਿਸ਼ਨੂੰ ਜੀ ਦਿਖੇ ਨੇ। ਕਹਿੰਦੇ ਪਰਮੇਸ਼ਰ? ਕਹਿੰਦੇ ਪਰਮੇਸ਼ਰ ਦਾ ਤਾਂ ਕੋਈ ਅੰਤ ਹੀ ਨਹੀਂ। ਸੋ ਇਸ ਕਰਕੇ ਜਿਹੜਾ ਵੀ ਦੁਨੀਆਂ ਤੇ ਆਇਆ ਉਹਨੂੰ ਹਮੇਸ਼ਾ ਭਰਮ ਪੈ ਜਾਂਦਾ ਕਿ ਮੈਂ ਹੀ ਪਰਮੇਸ਼ਰ ਹਾਂ, ਮੈਂ ਹੀ ਭਗਵਾਨ ਹਾਂ। ਪਰ ਅਸਲ ਭਗਵਾਨ ਤੱਕ ਕੋਈ ਜਾ ਨਹੀਂ ਸਕਿਆ। ਜੋ ਉਪਜਾ ਸੋ ਕਾਲ ਸੰਘਾਰਿਆ, ਜੋ ਵੀ ਪੈਦਾ ਹੋਇਆ ਉਹਨੂੰ ਕਾਲ ਨੇ ਮਾਰ ਦਿੱਤਾ। ਕਾਲ ਸਭ ਤੋਂ ਵੱਡਾ ਹੈ। ਅਕਾਲ ਪੁਰਖ ਦਾ ਨਾਮ ਤਾਂਹੀਓ ਅਕਾਲ ਪੁਰਖ ਹੈ ਕਿ ਉਹ ਅਕਾਲ ਹੈ, ਕਾਲ ਤੋਂ ਰਹਿਤ ਹੈ, ਮੌਤ ਤੋਂ ਰਹਿਤ ਹੈ। ਕਾਲਨ ਕੋ ਕਾਲ, ਮਹਾਂਕਾਲਨ ਕੋ ਕਾਲ, ਅਕਾਲ ਪੁਰਖ ਵਾਹਿਗੁਰੂ ਆਪ ਹੈ। ਬਾਕੀ ਸਾਰੀਆਂ ਚੀਜ਼ਾਂ ਕਾਲ ਦੇ ਅਧੀਨ ਨੇ। ਸੋ ਇਸ ਕਰਕੇ ਮਹਾਰਾਜ ਨੇ ਜੇ ਉਹ ਲਿਖਿਆ ਬਚਨ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੀ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਉੱਥੇ ਕਾਲ ਦਾ ਅਰਥ ਐੜਿਆ ਨਿਕਲਿਆ, ਉਹਨੇ ਵਿਆਕਰਨ ਅਨੁਸਾਰ ਐੜਾ ਮੁਕਤੀ ਅੱਖਰ ਚੋਂ ਨਿਕਲਿਆ ਆਉਂਦਾ, ਅਕਾਲ ਹੀ ਲਿਖਿਆ ਹੋਇਆ ਉੱਥੇ। ਪਰ ਉਹ ਅਕਾਲ ਕਾਵ ਰਚਨਾ ਕਰਕੇ ਉੱਥੇ ਇੱਕ ਅੱਖਰ ਵੱਧ ਜਾਂਦਾ ਸੀ, ਇਸ ਕਰਕੇ ਉਹਨੂੰ ਕਾਲ ਹੀ ਲਿਖਿਆ। ਬਹੁਤ ਲੋਕ ਉਹਨੂੰ ਕਾਲ ਨੂੰ ਅਰਥ ਹੋਰ ਹੀ ਬਣਾ ਲੈਂਦੇ ਨੇ ਆਪਣੇ ਆਪ ਹੀ। ਕਾਲ ਦਾ ਮਤਲਬ ਉੱਥੇ ਅਕਾਲ ਹੀ ਹੈ। ਸੋ ਮਹਾਰਾਜ ਕਹਿੰਦੇ, ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਉ।
ਕਹਿੰਦੇ ਅਸਾਂ ਨੇ ਤਾਂ ਗੁਰ ਸ਼ਬਦ ਨੂੰ ਭਾਈ ਵਿਚਾਰਿਆ, ਇਸ ਕਰਕੇ ਸਾਨੂੰ ਵਾਹਿਗੁਰੂ ਨੇ ਕਾਲ ਤੋਂ ਰੱਖ ਲਿਆ, ਮੌਤ ਤੋਂ ਰੱਖ ਲਿਆ। ਅਕਾਲ ਪੁਰਖ ਦੀ ਕਿਰਪਾ ਹੋ ਗਈ ਹੈ। ਰਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਛੋਡੈ ਬਿਨ ਗੁਰ ਕੀ ਸੇਵਾ। ਸਭ ਦੇਵਤਿਆਂ ਦੇਵੀਆਂ ਨੂੰ ਮਾਇਆ ਨੇ ਮੋਹਿਆ ਹੋਇਆ, ਕਿਉਂਕਿ ਅਸਲ ਵਿੱਚ ਏਕਾ ਮਾਈ ਪਰਮਾਤਮਾ ਤੋਂ ਦੂਜੇ ਨੰਬਰ ਤੇ ਪਹਿਲਾਂ ਆਉਂਦਾ ਪੁਰਖ, ਫਿਰ ਆਉਂਦੀ ਪ੍ਰਕਿਰਤੀ, ਪ੍ਰਕਿਰਤੀ ਤੋਂ ਬਾਅਦ ਫਿਰ ਸਾਰੀ ਸ੍ਰਿਸ਼ਟੀ ਬਣੀ ਹੈ। ਅਕਾਲ ਪੁਰਖ ਜੋ ਪਰਮਾਤਮਾ ਹੈ, ਪਰਮਾਤਮਾ ਤੋਂ ਬਣੀ ਮਾਇਆ ਤੇ ਮਾਇਆ ਤੋਂ ਅੱਗੇ ਹੋਏ ਪਸਾਰਾ ਸਾਰਾ ਬ੍ਰਹਮਾ ਜੀ ਦੇ ਸੰਕਲਪ ਨਾਲ ਹੀ ਦੇਵੀ ਦੇਵਤਾ ਬਣੇ ਨੇ। ਪਹਿਲਾਂ ਬ੍ਰਹਮਾ ਜੀ ਆਏ ਨੇ, ਤਾਂਹੀਓ ਹੁਣ ਦੇਵੀ ਦੇਵਤਿਆਂ ਨੰਬਰ ਬਾਅਦ ਚ ਲਾਇਆ। ਇੱਥੇ ਕਹਿੰਦੇ ਮਾਇਆ ਮੋਹੇ ਦੇਵੀ ਸਭ ਦੇਵਾ, ਇਹ ਜਿੰਨੇ ਦੇਵੀ ਦੇਵਤੇ ਨੇ ਇਹਨਾਂ ਦੇ ਉੱਤੇ ਵੀ ਪਰਮੇਸ਼ਰ ਦੀ ਮਾਇਆ ਪਾਈ ਹੋਈ, ਵੀ ਮਾਇਆ ਦੇ ਅੰਦਰ ਅਧੀਨ ਹੀ ਹੋ ਜਾਂਦੇ ਨੇ। ਕਾਲ ਨਾ ਛੋਡੈ ਬਿਨ ਗੁਰ ਕੀ ਸੇਵਾ, ਹੁਣ ਗੁਰੂ ਦੀ ਸੇਵਾ ਤੋਂ ਬਿਨਾਂ ਕਾਲ ਕਿਸੇ ਨੂੰ ਛੱਡਦਾ ਨਹੀਂ, ਸਭ ਨੂੰ ਮਾਰ ਦਿੰਦਾ ਕਾਲ। ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪੰਥ, ਅੰਤ ਫਸੇ ਜਮ ਫਾਸ ਪਰੇਂਗੇ, ਕਿਉਂਕਿ ਹਿਸਾਬ ਸਾਰਿਆਂ ਨੂੰ ਦੇਣਾ ਪੈਂਦਾ। ਹੁਣ ਜੇ ਆਪਾਂ ਕਹੀਏ ਕਿ ਕਿਸੇ ਦੇਸ਼ ਦਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਦਾ ਹਿਸਾਬ ਕਿਤਾਬ ਨਹੀਂ ਹੁੰਦਾ, ਉਹਦੇ ਟੈਲੀਫੋਨਾਂ ਦਾ ਬਿੱਲ, ਉਹਦੀ ਗੱਡੀਆਂ ਦਾ ਬਿੱਲ ਸਾਰੇ ਹੁੰਦੇ ਨੇ, ਉਹਦਾ ਪੂਰਾ ਹਿਸਾਬ ਲਿਆ ਜਾਂਦਾ ਕਿ ਇਹਨੇ ਕਿੰਨਾ ਖਰਚਾ ਕੀਤਾ, ਉਹਦੇ ਖਾਣੇ ਤੇ ਕਿੰਨਾ ਖਰਚਾ ਹੋਇਆ, ਉਹਦੇ ਵਿਦੇਸ਼ਾਂ ਦੇ ਵਿੱਚ ਜਾਣ ਤੇ ਕਿੰਨਾ ਖਰਚਾ, ਪੂਰੇ ਬਿੱਲ ਬਣਦੇ ਤੇ ਐਂ ਤਾਂ ਫਿਰ ਅੰਦਲੀ ਮੱਚ ਜਾਊ ਚਾਰੇ ਪਾਸੇ। ਭਾਵੇਂ ਕੋਈ ਕਿੱਡਾ ਵੱਡਾ, ਇੱਕ ਪਰਮਾਤਮਾ ਤੋਂ ਬਿਨਾਂ, ਇੱਕ ਸਤਿਗੁਰੂ ਤੋਂ ਬਿਨਾਂ ਬਾਕੀ ਸਾਰਿਆਂ ਦਾ ਹਿਸਾਬ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮਾਇਆ ਮੋਹੇ ਦੇਵੀ ਸਭ ਦੇਵਾ, ਇਹਨਾਂ ਉੱਤੇ ਮਾਇਆ ਦਾ ਪ੍ਰਭਾਵ ਪੈ ਜਾਂਦਾ। ਤਾਂਹੀਓ ਤਾਂ ਕਈ ਵਾਰ ਇਹਨਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਤੰਗ ਕਰ ਮਾਰਦੇ ਨੇ। ਇਹ ਤਿੰਨੇ ਦੇਵਤੇ ਜਿਹੜੇ ਨੇ ਰਜੋ ਤਮੋ ਸਤੋ ਗੁਣ ਤੱਕ ਸੀਮਿਤ ਨੇ, ਪਰ ਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਕਾਲ ਨਹੀਂ ਛੱਡਦਾ, ਮੌਤ ਨਹੀਂ ਛੱਡਦੀ। ਕਾਲ ਤਾਂ ਅੰਤ ਨੂੰ ਆਉਂਦਾ ਹੀ ਆਉਂਦਾ, ਉਮਰ ਭਾਵੇਂ ਅਰਬਾਂ ਖਰਬਾਂ ਯੁੱਗ ਹੋ ਜਾਏ ਕਿਸੇ ਦੀ, ਪਰ ਕਾਲ ਨੇ ਤਾਂ ਆਉਣਾ ਹੀ ਆਉਣਾ ਇੱਕ ਵਾਰੀ। ਉਹ ਅਵਿਨਾਸ਼ੀ ਅਲੱਖ ਭੇਵਾ, ਇੱਕ ਉਹ ਅਲੱਖ ਭੇਵ ਪਰਮਾਤਮਾ ਹੀ ਨਾਸ ਤੋਂ ਰਹਿਤ ਹੈ, ਬਾਕੀ ਤਾਂ ਸਾਰੇ ਅੰਤ ਨੂੰ ਨਾਸ ਹੋ ਜਾਂਦੇ। ਜਦੋਂ ਮਹਾਂਪਰਲੋ ਆਉਂਦੀ ਹੈ ਸਾਰੇ ਹੀ ਸਮਾਪਤ ਹੋ ਜਾਂਦੇ ਨੇ, ਬਾਕੀ ਤਾਂ ਇਹ ਸਾਰੇ ਉੱਪਰਲਿਆਂ ਦੀ ਗੱਲ ਕੀਤੀ ਹੈ, ਬ੍ਰਹਮਾ ਜੀ ਦੀ, ਵਿਸ਼ਨੂੰ ਜੀ ਦੀ, ਸ਼ਿਵ ਜੀ ਦੀ, ਦੇਵਤਿਆਂ ਦੀ ਗੱਲ ਆ ਗਈ। ਹੁਣ ਆਓ ਥੱਲੇ ਧਰਤੀ ਤੇ ਆਉਂਦੇ ਆ। ਕਹਿੰਦੇ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ, ਨਾ ਮੋਹ ਭੂਲੈ ਜਮ ਕਾ ਦੁੱਖ ਸਹਿਣਾ। ਚਾਹੇ ਕੋਈ ਸੁਲਤਾਨ, ਸ਼ਹਿਨਸ਼ਾਹ, ਪਾਤਸ਼ਾਹ, ਸੁਲਤਾਨ ਹੁੰਦਾ ਚੱਕਰਵਰਤੀ ਪਾਤਸ਼ਾਹ, ਪੂਰੇ ਵਰਲਡ ਤੇ ਰਾਜ ਕਰਨ ਵਾਲਾ, ਚਾਹੇ ਕੋਈ ਖਾਨ ਹੈ 10,000, 5,000, ਚਾਹੇ ਕੋਈ ਬਾਦਸ਼ਾਹ ਹੈ, ਛੋਟੇ ਮੋਟੇ ਇਲਾਕੇ ਦੇ ਰਾਜੇ ਹੁੰਦੇ ਜਿਹੜੇ, ਸੰਸਾਰ ਵਿੱਚ ਕਿਸੇ ਨੇ ਇੱਜ਼ਤ ਨਹੀਂ ਰਹਿਣਾ। ਜਦੋਂ ਉਮਰ ਮੁੱਕ ਗਈ ਉਦੋਂ ਚਲੇ ਜਾਣਾ, 70 ਸਾਲ, 80 ਸਾਲ, ਕਈ ਛੋਟੀ ਉਮਰੇ ਹੀ ਚਲੇ ਗਏ। ਸਿਕੰਦਰ ਛੋਟੀ ਉਮਰ 'ਚ ਚਲਿਆ ਗਿਆ, ਨਾਲੇ ਏਡਾ ਵੱਡਾ ਸੁਲਤਾਨ, ਦੁਨੀਆਂ ਸਾਰੀ ਜਿੱਤ ਲਈ ਪਰ ਸਵਾਸ ਨਹੀਂ ਵਧਾ ਸਕਿਆ ਆਪਣੇ, ਉਹ ਇਸ ਕਰਕੇ ਉਹਦੇ ਹੱਥ ਵਿੱਚ ਨਹੀਂ ਸੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸੰਸਾਰ ਵਿੱਚ ਕਿਸੇ ਨੇ ਇੱਜ਼ਤ ਨਹੀਂ ਰਹਿਣਾ, ਜੋ ਵਾਹਿਗੁਰੂ ਦੇ ਨਾਮ ਤੋਂ ਭੁੱਲੇ ਨੇ ਉਹਨਾਂ ਨੇ ਜਮਾਂ ਦਾ ਦੁੱਖ ਸਹਾਰਨਾ ਹੀ ਸਹਾਰਨਾ, ਕੋਈ ਨਹੀਂ ਬਚਾ ਸਕਦਾ। ਇੱਥੇ ਸੇਫਟੀ ਕਰ ਲਾਂਗੇ, ਮਰਨ ਤੋਂ ਬਾਅਦ ਫਿਰ ਕਿੱਥੇ ਜਾਣਾ, ਫਿਰ ਤਾਂ ਇਕੱਲੇ ਹੀ ਹੋਣਾ, ਉਦੋਂ ਫਿਰ ਤਾਂ ਪਰਮੇਸ਼ਰ ਦੀ ਪੁਲਿਸ ਆਉਣੀ ਸਾਰੀ। ਇਹ ਜਿਹੜੇ ਜਮਦੂਤ ਹੈ ਉਹਦੀ ਪੁਲਿਸ ਹੀ ਹੈ, ਜਿਹੜੇ ਸ਼ਹੀਦ ਸਿੰਘ ਨੇ ਮਿਲਟਰੀ ਪੁਲਿਸ ਵਾਂਗੂ ਕੰਮ ਕਰਦੇ ਨੇ, ਤਿੰਨਾਂ ਲੋਕਾਂ ਦੇ ਵਿੱਚ ਇਹ ਕਿਤੇ ਵੀ ਜਾ ਆ ਸਕਦੇ ਨੇ। ਇਹ ਸਵਰਗਾਂ ਦੀ, ਦੂਜੇ ਤੀਜੇ ਦੀ, ਸਾਰਿਆਂ ਦੀ ਚੈਕਿੰਗ ਕਰਦੇ ਰਹਿੰਦੇ ਹਰ ਵਕਤ, ਕਿਤੇ ਕੋਈ ਗਲਤ ਨਾ ਹੁੰਦਾ ਹੋਵੇ, ਕਿਤੇ ਕੋਈ ਬੇਇਨਸਾਫੀ ਨਾ ਹੁੰਦੀ ਹੋਵੇ। ਬਾਕੀ ਰਹੀ ਗੱਲ ਲੇਖਿਆਂ ਦੀ, ਜੇ ਲੇਖਾ ਹੀ ਭੁਗਤਣਾ ਫੇਰ ਨਹੀਂ ਹਟਾਉਂਦੇ, ਵੀ ਇਹਨੇ ਤਾਂ ਲੇਖਾ ਭੁਗਤਣਾ ਹੀ ਭੁਗਤਣਾ। ਇਸ ਕਰਕੇ ਉਹ ਸਾਰਾ ਕੰਟਰੋਲ ਸ੍ਰਿਸ਼ਟੀ ਦਾ ਪਰਮਾਤਮਾ, ਆਪਣੇ ਸਾਰੀ ਜਿਹੜੀ ਪ੍ਰਗਟਿਵ ਖਾਲਸਾ ਪਰਮਾਤਮਾ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ। ਇਹ ਫੌਜ ਹੁਣ ਨਹੀਂ ਬਣੀ, 539 ਸਾਲ ਪਹਿਲਾਂ ਨਹੀਂ, ਇਹ ਫੌਜ ਤਾਂ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਸੀ ਉਦੋਂ ਹੀ ਬਣਾ ਲਈ ਸੀ ਪਰਮਾਤਮਾ ਨੇ, ਤਮੋ ਗੁਣ ਤੋਂ ਸ਼ਹੀਦ ਸਿੰਘ ਪੈਦਾ ਕੀਤੇ ਸੀ। ਉਹ ਸਾਰੀ ਸ੍ਰਿਸ਼ਟੀ ਦਾ ਪੂਰਾ ਧਿਆਨ ਰੱਖਦੇ ਨੇ। ਇੱਕ ਇੱਕ ਸ਼ਹੀਦ ਸਿੰਘ ਬਹੁਤ ਵੱਡੀ ਪਾਵਰ ਹੁੰਦੀ, ਜਦੋਂ ਮਰਜ਼ੀ ਆ ਜਾ ਸਕਦੇ, ਛਿੰਚ ਆ ਜਾਂਦੇ, ਛਿੰਚ ਚਲੇ ਜਾਂਦੇ ਨੇ। ਚੌਧਰੀ ਰਾਜੇ ਨਹੀਂ ਕਿਸੇ ਮੁਕਾਮ, ਇਹਨਾਂ ਨੇ ਟਿੱਕ ਕੇ ਨਹੀਂ ਰਹਿਣਾ। ਭਾਵ ਸਤਿਗੁਰੂ ਮਹਾਰਾਜ ਦੀ ਇੱਕ ਪੰਕਤੀ ਹੈ ਹੋਰ, ਪਹਿਲਾਂ ਰਹਿ ਗਈ ਜੋ, ਮੈਂ ਧਰ ਨਾਮ ਜਿਉਂ ਰੱਖ ਹੋ ਰਹਿਣਾ, ਮੈਨੂੰ ਤਾਂ ਇੱਕ ਨਾਮ ਦਾ ਹੀ ਧਰ ਹੈ, ਆਸਰਾ ਹੈ,
ਜਿਵੇਂ ਉਹ ਰੱਖਦਾ ਉਵੇਂ ਰਹਿਣਾ। ਨਾਮ ਕੇ ਧਾਰੇ ਧਾਰ ਉੱਥੇ ਧਾਰੇ ਨਾਲ ਆਸਰੇ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਾਰੀਆਂ ਚੀਜ਼ਾਂ ਉੱਥੇ। ਜੇ ਸੁਖਮਨੀ ਸਾਹਿਬ ਦਾ ਪਾਠ ਕਰੀਏ ਤਾਂ ਦੱਸਿਆ ਕਿ ਨਾਮ ਦੇ ਆਸਰੇ ਸਾਰਾ ਕੁਝ ਹੀ ਰਹਿੰਦਾ। ਚੌਧਰੀ ਰਾਜੇ ਨਹੀਂ ਕਿਸੇ ਮੁਕਾਮ, ਸਹਮਰ ਹੈ ਸੰਚ ਹੈ ਮਾਇਆ ਕਾਮ। ਚੌਧਰੀ ਤੇ ਰਾਜੇ ਆਦਿਕਾਂ ਵਿੱਚੋਂ ਕਿਸੇ ਨੇ ਵੀ ਕਹਿੰਦੇ ਮੁਕਾਮ ਹੁੰਦਾ, ਸਥਿਤੀ ਨਹੀਂ ਰਹਿਣਾ। ਹੁਣ ਉਦੋਂ ਥੱਲੇ ਵਾਲਿਆਂ ਦੀ ਗੱਲ ਆ ਗਈ, ਚੌਧਰੀ ਹੋਏ ਰਾਜੇ ਹੋਏ, ਇਹ ਕੋਈ ਟੇਕੇ ਨਹੀਂ ਰਹਿ ਸਕਦੇ ਦੁਨੀਆਂ 'ਚ। ਹੈ ਤਾਂ ਬੰਦਾ ਹੀ ਹੈ ਨਾ, ਦੇਖਣ ਵਾਲੀ ਗੱਲ ਤਾਂ ਇਹ ਹੈ। ਕੋਈ ਵੀ ਦੱਸਿਆ ਭਾਵੇਂ ਹੈ ਤਾਂ ਉਹ ਜੀਵ ਹੀ ਆ ਨਾ, ਚਾਹੇ ਉਹ ਵੱਡਿਆਂ ਵਿੱਚੋਂ ਸੀ, ਬ੍ਰਹਮਾ ਵਿੱਚੋਂ ਸੀਗੇ, ਉਹ ਵੀ ਜੀਵ ਹੀ ਹੈ। ਇਹ ਵੀ ਉਹ ਜੀਵਾਂ ਦੀ ਸਮਰੱਥਾ ਜ਼ਿਆਦਾ ਆ, ਇਹਨਾਂ ਜੀਵਾਂ ਦੀ ਸਮਰੱਥਾ ਘੱਟ ਹੈ, ਸਾਰੇ ਜੀਵ ਹੀ ਆ ਇਹ। ਫਿਰ ਉਹ ਆਪਾਂ ਚਾਰ ਖਾਣੀਆਂ 'ਚ ਆਉਂਦੇ ਹਾਂ, ਅੰਡੇ 'ਚ, ਜੇਲ੍ਹ 'ਚ, ਸਿਹਤ 'ਚ, ਉਤਪੁੱਜ, ਜਿਹੜੇ ਉਹ ਨੇ ਦੇਵਤੇ ਨੇ, ਇਹ ਦਿਵਯੋਪਾਤ ਖਾਣੀ 'ਚ ਆਉਂਦੇ ਨੇ, ਇਹ ਆਪਣੀ ਸ੍ਰਿਸ਼ਟੀ ਦੇ ਧਰਤੀ ਉੱਤੇ ਨਹੀਂ ਆਉਂਦੇ। ਮਤਲਬ ਕਿ ਦਿਵਯੋਪਾਤ ਖਾਣੀ ਇੱਕ ਅਲੱਗ ਹੈ, ਪੰਜਵੀਂ ਖਾਣੀ ਆ ਉਹ, ਉਹਦੇ ਵਿੱਚ ਦੇਵਤੇ ਸਾਰੇ ਆ ਜਾਂਦੇ ਨੇ। ਹੁਣ ਧਰਤੀ ਦਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਕਿ ਚੌਧਰੀ ਰਾਜੇ ਨਹੀਂ ਕਿਸੇ ਮੁਕਾਮ, ਸਾਹ ਮਰੈ ਸੰਚੈ ਮਾਇਆ ਦਾਮ। ਸੋ ਇੱਥੇ ਗਲਤੀ ਨਾਲ ਕਈ ਵਾਰ ਪਾਠ ਛਪ ਜਾਂਦਾ, ਕਾਮ ਛਪਿਆ ਹੋਇਆ। ਚੌਧਰੀ ਤੇ ਰਾਜੇ ਆਦਿਕਾਂ ਨੇ ਰਹਿਣਾ ਨਹੀਂ, ਜੋ ਮਾਇਆ ਛਲ ਰੂਪ ਦਮੜਿਆਂ ਨੂੰ ਦਾਮ ਹੁੰਦਾ, ਫਾਹੀ ਰੂਪ ਮਾਇਆ ਨੂੰ ਇਕੱਠਾ ਕਰਦੇ ਨੇ, ਉਹ ਸ਼ਾਹ ਵੀ ਮਰ ਜਾਣੇ ਆ। ਦਾਮ ਦਮੜਿਆਂ ਨੂੰ ਇਕੱਠੇ ਇਕੱਠੇ ਕਰਦੇ, ਚੌਧਰੀਆਂ ਤੋਂ ਥੱਲੇ ਰਾਜੇ ਤੇ ਚੌਧਰੀ ਇੱਕੋ ਚੀਜ਼ ਹੁੰਦੀ ਸੀ, ਜਾਂ ਚੌਧਰੀ ਰਾਜਿਆਂ ਦੇ ਹੁੰਦੇ ਨੇ, ਫਿਰ ਸਾਹ ਉਦੋਂ ਛੋਟੇ ਹੋ ਜਾਂਦੇ ਨੇ। ਮੈਂ ਧਨ ਦੀਜੈ ਹਰ ਅੰਮ੍ਰਿਤ ਨਾਮ, ਇੰਨਾ ਕੁਛ ਕਹਿ ਕੇ ਵੀ ਮੈਨੂੰ ਤਾਂ ਜੀ ਨਾਮ ਧਨ ਹੀ ਬਖਸ਼ ਦਿਓ, ਮੈਂ ਨਹੀਂ ਲੈਣਾ ਉਹ, ਨਾ ਮੈਂ ਸੁਲਤਾਨ ਬਣਨਾ, ਨਾ ਮੈਂ ਬਾਦਸ਼ਾਹ, ਨਾ ਚੌਧਰੀ, ਨਾ ਰਾਜਾ, ਨਾ ਮੈਂ ਸ਼ਾਹ ਬਣਨਾ, ਨਾ ਮੈਂ ਦੇਵੀ ਦੇਵਤਾ ਬਣਨਾ, ਮੈਂ ਨਹੀਂ ਬਣਨਾ। ਤੁਹਾਨੂੰ ਕੀ ਚਾਹੀਦਾ? ਮੈਂ ਧਨ ਦੀਜੈ ਹਰ ਅੰਮ੍ਰਿਤ ਨਾਮ, ਮੈਨੂੰ ਤਾਂ ਸਿਰਫ ਨਾਮ ਅੰਮ੍ਰਿਤ ਦੀ ਦਾਤ ਦੇ ਦਿਓ ਬਸ। ਜਿਹੜਾ ਅਮਰ ਕਰਨ ਵਾਲਾ ਨਾਮ ਹੈ ਉਹ ਮੈਨੂੰ ਦਿਓ, ਜਿਹੜਾ ਮੈਨੂੰ ਅਮਰ ਕਰ ਦੇਵੇ, ਅਮਰ ਮਰਨ ਤੋਂ ਰਹਿਤ ਕਰ ਦੇਵੇ। ਹੁਣ ਥੱਲੇ ਉਸ ਤੋਂ ਕੀ, ਰਾਜਿਆਂ ਦੇ ਥੱਲੇ ਪਰਜਾ ਹੁੰਦੀ ਹੈ, ਉਹ ਛੋਟੇ ਛੋਟੇ ਹੁਣ ਹੋਰ ਗਿਣਦੇ ਨੇ। ਰਈਅਤ ਮਹਿਰ ਮੁਕੱਦਮ ਸਿੱਕਦਾਰ ਹੈ, ਨਿਚਲ ਕੋਇ ਨਾ ਦਿਸੈ ਸੰਸਾਰ ਹੈ। ਜਿੰਨੀ ਕੁ ਰਈਅਤ ਪਰਜਾ, ਚਾਹੇ ਕੋਈ ਮਹਿਰ ਅਰਾਈਆਂ ਚੋਂ ਵੱਡਾ ਹੁੰਦਾ, ਹੁਣ ਪਰਜਾ ਦੀਆਂ ਗੱਲਾਂ ਆ ਗਈਆਂ, ਚਾਹੇ ਕੋਈ ਮੁਕੱਦਮ ਹੁੰਦਾ ਚੌਧਰੀ ਹੈ, ਚਾਹੇ ਕੋਈ ਸਿੱਕਦਾਰ ਹੈ, ਥਾਣੇਦਾਰ ਹੈ, ਇਹ ਇਤਿਆਦਿਕਾਂ ਵਿੱਚੋਂ ਸੰਸਾਰ ਵਿੱਚ ਕੋਈ ਵੀ ਅਚਲ ਨਹੀਂ, ਸਭ ਨੇ ਚਲੇ ਜਾਣਾ। ਕਿਉਂਕਿ ਮੂਲ 'ਚ ਹੀ, ਮੂਲ ਰੂਪ ਵਿੱਚ ਹਰੇਕ ਕੋਈ ਜੀਵ ਹੀ ਹੈ, ਅਤੇ ਜੀਵ ਨੇ ਮਰਨਾ ਹੀ ਮਰਨਾ। ਅਫਰਿਓ ਕਾਲ ਕੂੜ ਸਿਰ ਮਾਰੈ, ਅਫਰਿਓ ਹੁੰਦਾ ਅਮੋੜ, ਇੱਕ ਹੁੰਦਾ ਫਰਿਓ ਫੜੇ ਜਾਣ ਵਾਲਾ, ਇੱਕ ਹੁੰਦਾ ਅਫਰਿਓ ਜਿਹੜਾ ਨਾ ਫੜਿਆ ਜਾਵੇ। ਅਮੋੜ ਜੋ ਕਾਲ ਹੈ ਉਹ ਕੂੜ ਭਾਵ ਝੂਠਿਆਂ ਪੁਰਸ਼ਾਂ ਨੂੰ ਸਿਰ ਤੋਂ ਫੜ ਕੇ ਮਾਰਦਾ, ਜਦੋਂ ਉਹਨੂੰ ਦੇਖ ਲਿਆ ਨਾ ਵੀ ਟਾਈਮ ਹੋ ਗਿਆ, ਫਿਰ ਨਹੀਂ ਕੋਈ ਜ਼ੋਰ ਚੱਲਦਾ ਬੰਦੇ ਦਾ ਉੱਥੇ। ਤਾਂਹੀਓ ਫਿਰ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਲੋਕ ਰੋਣ ਲੱਗ ਜਾਂਦੇ ਨੇ, ਉਹ ਰੋਂਦੇ ਇਸ ਕਰਕੇ ਨੇ ਜ਼ੋਰ ਨਹੀਂ ਚੱਲਿਆ ਸਾਡਾ ਇਹਨੂੰ ਰੱਖਣ 'ਤੇ, ਕਿਉਂਕਿ ਉੱਥੇ ਕਾਲ ਦੇ ਮੂਹਰੇ ਕਿਸੇ ਦਾ ਜ਼ੋਰ ਨਹੀਂ ਹੈ। ਨਿਹਚਲ ਏਕ ਸੱਚਾ ਸੱਚ ਸੋਈ, ਜਿਨ ਕਰ ਸਾਜੇ ਤਿਨੈ ਸਭ ਗੋਈ। ਨਿਸ਼ਚੇ ਕਰਕੇ ਉਹ ਇੱਕ ਸੱਚਾ ਕਾਲ ਪੁਰਖੀ ਸਦਾ ਨਿਹਚਲ ਹੈ, ਜਿਹਨੇ ਕਹਿੰਦੇ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਆ, ਉਹਨੇ ਸਾਰੀ ਸ੍ਰਿਸ਼ਟੀ ਨੂੰ ਗੋਈ ਹੁੰਦਾ ਮਲਾਈ, ਛੁਪਾਈ ਜਾਂ ਬੁਲਾਈ, ਇਹ ਅਰਬੀ ਫਾਰਸੀ ਦੇ ਅੱਖਰ ਆ ਗੋਈ। ਸੋ ਦੁੱਧ ਆਪੇ ਸ੍ਰਿਸ਼ਟ ਸਿਰਜੀ ਆ, ਆਪੇ ਫੁਨ ਗੋਈ, ਆਪੇ ਵਿੱਚ ਮਲਾ ਲਈ ਆਪੇ। ਤੁਸੀਂ ਪਹਿਲਾਂ ਜਿਵੇਂ ਬੱਚੇ ਕੀ ਕਰਦੇ ਨੇ, ਆਟੇ ਦੇ ਖਿਡੌਣੇ ਜੇ ਬਣਾ ਬਣਾ ਰੱਖੀ ਜਾਣਗੇ ਛੋਟੇ ਨਿਆਣੇ, ਜਾਂ ਅੱਜ ਕੱਲ੍ਹ ਹੋਰ ਵੀ ਇੱਕ ਮਿੱਟੀ ਜੀ ਆ ਗਈ, ਉਹਦੇ ਖਿਡੌਣੇ ਜੇ ਬਣਾ ਬਣਾ ਕੇ ਰੱਖੀ ਜਾਂਦੇ ਨੇ, ਜਦੋਂ ਜੀ ਕਰੇ ਉਹ ਸਾਰੀ ਮਿੱਟੀ ਫਿਰ ਇਕੱਠੀ ਕਰ ਦਿੰਦੇ ਨੇ। ਬਸ ਐਂ ਪਰਮੇਸ਼ਰ ਕਰਦਾ, ਜਦੋਂ ਜੀ ਕਰੇ ਦੁਨੀਆਂ ਇਕੱਠੀ ਕਰ ਲੈਂਦਾ ਸਾਰੀ, ਜਦੋਂ ਜੀ ਕਰੇ ਫਿਰ ਖਿਲਾਰਾ ਪਾ ਲੈਂਦਾ, ਉਹ ਆਪਣੀਆਂ ਖੇਡਾਂ ਨੂੰ ਖੇਡਦਾ ਹੀ ਰਹਿੰਦਾ। ਉਹ ਗੁਰਮੁਖ ਜਾਪੈ ਤਾਂ ਪਤ ਹੋਏ, ਉਸ ਪਰਮੇਸ਼ਰ ਨੂੰ ਗੁਰਾਂ ਦੁਆਰਾ ਜਾਪੈ ਹੁੰਦਾ ਜਾਣੇ, ਤਾਂ ਹੀ ਇਹਦੀ ਇੱਜ਼ਤ ਰਹਿੰਦੀ ਬੰਦੇ ਦੀ। ਹੁਣ ਹੋਰ ਜਿਹੜੇ ਦੁਨੀਆਂ ਦੇ ਅੰਦਰ ਖਾਸ ਬੰਦੇ ਨੇ ਉਹਨਾਂ ਦਾ ਨਾਮ ਵੀ ਦੱਸਦੇ ਨੇ, ਕਾਜੀ ਸੇਖ ਭੇਖ ਫਕੀਰਾ, ਵੱਡੇ ਕਹਾਵ ਹੈ ਹਉਮੈ ਤਨ ਪੀਰਾ। ਜਿੰਨੇ ਕੁ ਕਾਜੀ ਨੇ ਦੁਨੀਆਂ 'ਚ, ਸ਼ੇਖ ਤੇ ਫਕੀਰਾਂ ਦੇ ਭੇਖ ਕਰਦੇ ਲੋਕ, ਇਹ ਸਾਰੇ ਆਪਣੇ ਆਪ ਨੂੰ ਵੱਡੇ ਕਹਾਉਂਦੇ ਨੇ।
क्योंकि सारे दे तन विच होमे रूप पीड़ा बड़ी हुई है, मैं वड्डा। कोई कोई है जिहड़ा असल परमेश्वर की भगती करके प्राप्ति कर लैंदा, सिरे लग जांदा, नहीं तो केवल लिबास नूं पहनण मात्र ही होमे हो जांदी है, कमाई उह नहीं हुंदी। नहीं जिन्हां दी वड्डी कमाई है वह पीर पैगंबर तां बहुत पहुंचे हुए हुंदे ने, शांतमई प्राप्ति वाले कृपा वाले हुंदे ने, पर जिन्हां नूं प्राप्ति नहीं हुंदी, केवल शरीर दे उत्ते वस्त्र पा लैण नाल नहीं कोई बन जांदा हुंदा बंदा, कपड़े पा ले ते उह कपड़िआं नाल तां कुछ वी नहीं बनदा। काल ना छोड़ै बिन सतगुरु की धीरा, सतगुरां दी धीरजता प्राप्त होए तो बिना काल भी इहनूं छड़दा नहीं, किसे नूं नहीं छड़दा काल। जदों काल आउंदा ना कोई वड्डे तो वड्डा नहीं खड़ सकदा उहदे सामणे। काल जाल जिहवा अर नैणी, तानी काल सुणै बिख मैणी। जिहवा तो भाव जीव नूं स्वाद चखणे रूप काल दा फाहा, अते अखां नूं विकार दृष्टि सुंदर रूप वेखने रूप काल दा जाल जिहड़ा फाहा लग्या होया, अते कानी कन्ना नूं विख बैणी विशे संबंधी वचना दे सुनने रूप काल दा फाहा लग्या होया। ਇਹ ਕਾਲ ਨੇ ਆਪਣਾ ਫਾਹਾ ਫਿੱਟ ਕੀਤਾ ਹੋਇਆ ਆਪਣੇ ਨਾਲ। ਜਵਾਨ ਨੂੰ ਜਿਹੜਾ ਸਵਾਦ ਲੱਗਦਾ ਖਾਣ ਪੀਣ ਦਾ, ਇਹ ਕਾਲ ਦਾ ਹੀ ਫਾਹਾ ਹੈ। ਅੱਖਾਂ ਨਾਲ ਜਿਹੜੀ ਵਿਕਾਰੀ ਦ੍ਰਿਸ਼ਟੀ ਨਾਲ ਦੇਖਣੇ ਰੂਪ ਦੇਖਣੇ ਨੇ, ਇਹ ਵੀ ਕਾਲ ਦਾ ਹੀ ਫਾਹਾ ਪਿਆ ਹੋਇਆ। ਜਿਹੜੇ ਕੰਨਾਂ ਨਾਲ ਮਾੜੇ ਬਚਨ ਸੁਣਨੇ ਨੇ, ਮਾੜੀਆਂ ਗੱਲਾਂ, ਇਹ ਵੀ ਕਾਲ ਦਾ ਹੀ ਫਾਹਾ ਕੰਨਾਂ ਨੂੰ ਪਿਆ ਹੋਇਆ ਆਪਣਿਆਂ ਨੂੰ। ਤੇ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਉਹਨੇ ਫਿੱਟ ਕੀਤਾ ਸਿਸਟਮ। ਇੱਥੇ ਗਲਤ ਗੱਲ ਨਾ ਸੁਣੋ, ਗੰਦੀ ਗੱਲ ਨਾ ਸੁਣੋ, ਇਹ ਕਿਉਂਕਿ ਕਾਲ ਨੇ ਇੱਥੇ ਆਪਣਾ ਜਾਲ ਪਾਇਆ ਹੋਇਆ। ਅੱਖਾਂ ਨਾਲ ਨਾ ਦੇਖੋ ਇੱਧਰ ਉੱਧਰ, ਕਿਉਂਕਿ ਉਹ ਵੀ ਕਾਲ ਨੇ ਜਾਲ ਪਾਇਆ ਹੋਇਆ। ਜ਼ਬਾਨ ਦੇ ਸਵਾਦ ਨਾ ਲਓ, ਕਹਿੰਦੇ ਉਹ ਵੀ ਕਾਲ ਨੇ ਹੀ ਆਪਣਾ ਫਾਹਾ ਪਾਇਆ ਹੋਇਆ। ਪਹਿਲਾਂ ਤਾਂ ਖਵਾਈ ਜਾਂਦਾ, ਦਿਖਾਈ ਜਾਂਦਾ, ਸੁਣਾਈ ਜਾਂਦਾ, ਫਿਰ ਚੱਕਰ 'ਚ ਫਸਾ ਲੈਣਾ ਉਹਨੇ ਅਖੀਰ 'ਤੇ ਆਪਾਂ ਨੂੰ। ਸਤਿਗੁਰੂ ਕਹਿੰਦੇ ਮੈਂ ਤੁਹਾਨੂੰ ਇਹ ਚੀਜ਼ 'ਚੋਂ ਕੱਢਦਾ, ਤੁਸੀਂ ਇਹ ਵਾਰ ਵਾਰ ਕਿਉਂ ਫਸਦੇ ਹੋ। ਅੰਤਰਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਏ ਠਾਓ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਵੱਥ ਦੇ ਜੱਗ ਮੈਂ ਉੱਤਮ ਕਾਢੀਏ ਵਿਰਲੇ ਕਹੀ ਕੇ। ਕਹਿੰਦੇ ਤੁਸੀਂ ਨਿਕਲੋ, ਫਸੋ ਨਾ, ਉਹ ਤੁਹਾਨੂੰ ਹੌਲੀ ਹੌਲੀ ਜੇ ਫਸਾ। ਜਿਵੇਂ ਕਈ ਦੁਕਾਨਦਾਰ ਬਹੁਤ ਤੇਜ਼ ਹੁੰਦੇ ਨੇ, ਦੇਖਿਆ ਉਧਾਰ ਚੁਕਾਈ ਜਾਣਾ ਚੁਕਾਈ ਜਾਣਾ ਚੁਕਾਈ ਜਾਣਾ, ਜਾਂ ਪੈਸਾ ਅਗਲੇ ਨੂੰ ਵਿਆਜ 'ਤੇ ਦੇਈ ਜਾਣਾ। ਚੰਗਾ ਵੀ ਹੁਣ ਤੂੰ ਰਜਿਸਟਰੀ ਰੱਖ ਜੀ ਆਪਣੇ ਮਕਾਨ ਦੀ, ਕਿਉਂਕਿ ਹੁਣ ਪੈਸਾ ਤੇਰਾ ਬਹੁਤ ਹੋ ਗਿਆ। ਹੌਲੀ ਹੌਲੀ ਉਹ ਬੰਦੇ ਨੂੰ ਘਰੋਂ ਹੀ ਕੱਢ ਦਿੰਦੇ ਨੇ ਖਵਾ ਖਵਾ ਕੇ। ਕਹਿੰਦੇ ਹੁਣ ਤਾਂ ਤੇਰਾ ਵਿਆਜ ਹੀ ਬਹੁਤ ਹੋ ਗਿਆ, ਹੁਣ ਤਾਂ ਬਸ ਰਜਿਸਟਰੀ 'ਤੇ ਸੈਨ ਕਰਦੇ, ਹੁਣ ਮੇਰੀ ਹੈ ਮਲਕੀਅਤ, ਤੂੰ ਮੰਗਤਾ ਬਣ ਜਾ। ਇਸੇ ਤਰ੍ਹਾਂ ਇਹ ਜਿਹੜਾ ਕਾਲ ਜਾਲ ਔਰ ਜਿਹਵਾ ਨੈਣੀ ਦਾ ਬਚਨ ਮਹਾਰਾਜ ਨੇ ਕਿਹਾ, ਪਹਿਲਾਂ ਤਾਂ ਅੱਖਾਂ ਨੂੰ ਸਵਾਦ ਪਾਤਾ ਦੇਖਣ ਦਾ, ਅੱਖਾਂ ਦੇਖੀ ਜਾਂਦੀਆਂ ਨੇ, ਇਹ ਕਰਜ਼ਾ ਚੜ੍ਹੀ ਜਾਂਦਾ ਆਪਣੇ 'ਤੇ। ਕੰਨਾਂ ਨਾਲ ਆਪਾਂ ਮਾੜੀਆਂ ਗੱਲਾਂ ਸੁਣੀ ਜਾਂਦੀਆਂ, ਕੰਨ ਕਾਲੇ ਹੋਈ ਜਾਂਦੇ ਨੇ, ਅੱਖਾਂ ਕਾਲੀਆਂ, ਜ਼ਬਾਨ ਕਾਲੀ, ਅਤੇ ਜਦੋਂ ਐਂਡ ਨੂੰ ਜਾ ਕੇ ਫਿਰ ਹਿਸਾਬ ਹੋਇਆ ਉਦੋਂ ਹੀ ਖਿੱਚ ਲੈਣਾ ਆਪਾਂ ਨੂੰ। ਮਹਾਰਾਜ ਇਹਦੇ 'ਚੋਂ ਕੱਢੋ ਸਾਨੂੰ ਫਿਰ। ਬਿਨ ਸ਼ਬਦ ਹੈ ਮੂਠੇ ਦਿਨ ਰਹਿਣੀ, ਜਿਹੜੇ ਬੰਦੇ ਗੁਰੂ ਉਪਦੇਸ਼ ਤੋਂ ਬਿਨਾਂ ਨੇ ਉਹ ਰਾਤ ਦਿਨ ਇਸੇ ਤਰ੍ਹਾਂ ਹੀ ਲੁੱਟੀ ਦੇ ਜਾ ਰਹੇ ਨੇ, ਉਹਨਾਂ ਨੂੰ ਕਾਲ ਲੁੱਟਦਾ ਤੁਰਿਆ ਜਾ ਰਿਹਾ। ਹਿਰਦੈ ਸਾਚ ਵਸੈ ਹਰ ਨਾਹੇ, ਕਾਲ ਨਾ ਜੋ ਹਿਸਕੈ ਗੁਣ ਗਾਏ। ਜਿਨ੍ਹਾਂ ਦੇ ਹਿਰਦੇ 'ਚ ਹਰੀ ਦਾ ਵਾਸਾ ਹੁੰਦਾ, ਸੱਚਾ ਨਾਮ ਵੱਜ ਜਾਂਦਾ ਤੇ ਬਾਣੀ ਦੁਆਰਾ ਹਰੀ ਦੇ ਗੁਣ ਗਾਉਂਦੇ ਨੇ, ਉਹਨਾਂ ਨੂੰ ਕਾਲ ਜੋਹੇ ਦਾ ਮਤਲਬ ਦੇਖ ਵੀ ਨਹੀਂ ਸਕਦਾ, ਇੱਧਰ ਨੂੰ ਨਹੀਂ ਝਾਕ ਸਕਦਾ। ਜਿਹਨੇ ਬਾਣੀ ਪੜ੍ਹਨੀ ਹੈ, ਜਿਹਨੇ ਸਿਮਰਨ ਕਰਨਾ, ਜਿਹਨੇ ਨਾਮ ਜਪਣਾ, ਉੱਧਰ ਨੂੰ ਕਾਲ ਝਾਕ ਵੀ ਨਹੀਂ ਸਕਦਾ, ਕਿਉਂਕਿ ਅਸੀਂ ਤੇਰਾ ਖਾਜਾ ਨਹੀਂ ਹਾਂ, ਸਾਧ ਸੰਗਤ ਤੇਰਾ ਖਾਜਾ ਨਹੀਂ ਗਾ। ਕਾਲ ਬਾਣੀ ਪੜ੍ਹਨ ਵਾਲਾ ਬੰਦਾ ਤੇਰਾ ਖਾਜਾ ਨਹੀਂ ਗਾ, ਤੇਰੇ ਜਿਹੜੇ ਖਾਜੇ ਤੋਂ ਉੱਧਰ ਨੂੰ ਜਾ, ਕਾਲ ਸੰਗਤ ਵੱਲ ਨੂੰ ਵੜਦਾ ਹੀ ਨਹੀਂ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਵੀ ਕੋਸ਼ਿਸ਼ ਕਰੋ ਕਿ ਅਸੀਂ ਕਾਲ ਦਾ ਖਾਜਾ ਨਾ ਬਣੀਏ, ਅਸੀਂ ਬਾਣੀ ਪੜ੍ਹੀਏ, ਅਸੀਂ ਸਤਿਗੁਰੂ ਨਾਲ ਜੁੜੀਏ, ਸਾਨੂੰ ਕੀ ਲੋੜ ਆ ਅਸੀਂ ਕਾਲ ਦਾ ਖਾਜਾ ਬਣੀਏ। ਬਿਨ ਸ਼ਬਦ ਹੈ ਮੂਠੇ ਦਿਨ ਰਹਿਣੀ, ਕਿਉਂਕਿ ਰਾਤ ਦਿਨ ਇਹ ਲੋਕ ਜਿਹੜੇ ਨੇ ਬਿਨਾਂ ਸ਼ਬਦ ਤੋਂ ਜਿਹੜੀ ਗਾਣੇ ਸੁਣਦੇ ਨੇ, ਲੋਕ ਪੁੱਠੀਆਂ ਗੱਲਾਂ ਸੁਣਦੇ ਨੇ, ਅੱਖਾਂ ਨਾਲ ਦੇਖਦੇ ਨੇ, ਸਵਾਦ ਲੈਂਦੇ ਨੇ, ਇਹ ਕਾਲ ਦਾ ਖਾਜਾ ਬਣਦੇ ਹੀ ਤੁਰੇ ਜਾਂਦੇ ਨੇ। ਨਾਨਕ ਗੁਰਮੁਖ ਸ਼ਬਦ ਸਮਾਏ, ਮਹਾਰਾਜ ਕਥਨ ਕਰਦੇ ਨੇ ਇਹੋ ਜਿਹੇ ਗੁਰਮੁਖ ਜਨ ਜਿਹੜੇ ਬ੍ਰਹਮ ਵਿੱਚ ਭੇਦ ਹੋ ਜਾਂਦੇ ਨੇ, ਜਿਹੜੇ ਨਾਮ ਜਪੀ ਜਾਂਦੇ ਨੇ ਉਹਨਾਂ ਨੂੰ, ਕਿਉਂਕਿ ਕਾਲ ਨੇ ਤਾਂ ਹੁਣ ਖਾਣਾ ਹੀ ਨਹੀਂ,